ਹੁੰਦਾ ਤਾਂ ਉਹ ਗੱਲ ਹੋ ਗਈ, ਪਹਿਲਾਂ ਬੇਬੇ ਨੇ ਜੱਟ ਕਰ ਲਿਆ, ਫੇਰ ਕਰ ਲਿਆ ਦਰਜੀ, ਅੱਜ ਕੱਲ੍ਹ ਬੇਬੇ ਪੀਰਜਾਦੇ ਨਾਲ, ਕੱਲ੍ਹ ਬੇਬੇ ਦੀ ਮਰਜ਼ੀ। ਪੰਜਾਬ ਦੇ ਦੁਆਬੇ ਸ਼ਹਿਰ ਦੇ ਵਿੱਚ ਤੁਹਾਡਾ ਸਵਾਗਤ, ਪਹਿਲਾਂ ਤਾਂ ਦੱਸੋ ਕਿਵੇਂ ਦਾ ਲੱਗਾ ਤੁਹਾਨੂੰ? ਬਹੁਤ ਜ਼ਿਆਦਾ ਲੋਕਾਂ ਵੱਲੋਂ ਉਤਸ਼ਾਹ ਅਤੇ ਪਿਆਰ ਦਿੱਤਾ ਜਾ ਰਿਹਾ ਅਤੇ ਹਰ ਕੋਈ ਮਿਲਣਾ ਚਾਹੁੰਦਾ, ਲੋਕ ਮੁੜ ਮੁੜ ਕੇ ਆ ਰਹੇ ਹੈ ਅਤੇ ਜਿਹੜੇ ਸੰਕੇਤ ਆ ਉਹ ਇਹ ਮਿਲ ਰਹੇ ਹੈ ਕਿ ਬਹੁਤ ਵੱਡੀ ਜਿੱਤ ਵੱਲ ਕਾਂਗਰਸ ਪਾਰਟੀ ਇੱਥੇ ਵੱਧ ਰਹੀ ਹੈ। ਲੱਗਦਾ ਵੀ ਜਿਹੜਾ ਪਿਛਲਾ ਜਿਹੜਾ ਚੋਣ ਹੋਈ ਸੀਗੀ ਜਿਹਦੇ ਵਿੱਚ ਸੁਸ਼ੀਲ ਰਿੰਕੂ ਵਿਜੇ ਹੋਏ ਸੀ ਅਤੇ ਇਸ ਵਾਰ ਲਗਭਗ ਜਿਹੜੀ ਮੁਕਾਬਲਾ ਹੈਗਾ ਸੁਸ਼ੀਲ ਰਿੰਕੂ ਲਗਭਗ ਬਹੁਤ ਪਿੱਛੇ ਪਿੱਛੜ ਚੁੱਕੇ ਨੇ ਇਸ ਵਾਰ? ਸੁਸ਼ੀਲ ਰਿੰਕੂ ਦਾ ਤਾਂ ਉਹ ਗੱਲ ਹੋ ਗਈ, ਪਹਿਲਾਂ ਬੇਬੇ ਨੇ ਜੱਟ ਕਰ ਲਿਆ, ਫੇਰ ਕਰ ਲਿਆ ਦਰਜੀ, ਅੱਜ ਕੱਲ੍ਹ ਬੇਬੇ ਪੀਰਜਾਦੇ ਨਾਲ, ਕੱਲ੍ਹ ਨੂੰ ਬੇਬੇ ਦੀ ਮਰਜ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ, ਬਹੁਤ ਵਧੀਆ ਬੰਦਾ ਜੀ। ਚਿਲ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਮਿਲੇ ਹਾਂ, ਪਰ ਇਹਨੂੰ ਵਧੀਆ, ਇਹ ਤੋਂ ਵਧੀਆ ਇਨਸਾਨ ਬੰਦਾ ਮੈਂ ਦੇਖਿਆ ਨਹੀਂ, ਬਾਹਲਾ ਵਧੀਆ ਜੀ। ਬਾਕੀ ਸਾਡਾ ਪੂਰਾ ਜ਼ੋਰ ਲੱਗਿਆ, ਮੈਨੂੰ ਤਾਂ ਕੱਲ੍ਹ 4 ਵਜੇ ਸੁਨੇਹਾ ਮਿਲਿਆ ਸੀ ਵੀ ਚੰਨੀ ਸਾਹਿਬ ਨੇ ਤੁਹਾਨੂੰ ਮਿਲਣਾ ਹੋਣਾ, ਅਸੀਂ ਜੀ ਮਿੰਟੋ ਮਿੰਟ ਹੀ ਤਿਆਰੀ ਕੀਤੀ, ਤਾਂ ਦੇਖ ਲਓ ਜਾਣੀ ਅਸੀਂ ਘੱਟ ਤੋਂ ਘੱਟ ਸੁਨੇਹਾ ਦਿੱਤਾ ਜੀ। ਫਿਰ ਵੀ ਬਾਬੇ ਦੀ ਬੜੀ ਕਿਰਪਾ ਹੋ ਗਈ, ਬੜੀ ਭਾਵ ਰੱਖੋਗੇ, ਜੇ ਕਿਤੇ ਵੱਡਾ ਸੁਨੇਹਾ ਦੇਣ ਦੇ ਤਾਂ ਮੇਰਾ ਖਿਆਲ ਆ ਇੱਥੇ ਸਾਨੂੰ ਖੱਤੇ 'ਚ ਟੈਂਟ ਲਾਉਣਾ ਪੈਣਾ ਸੀ। ਚੰਨੀ ਸਾਹਿਬ ਇੱਦਾਂ ਦੇ ਬੰਦੇ ਜੀ, ਕੋਈ ਗੱਲ ਕਰਨ ਵਾਲੀ ਨਹੀਂ ਰਹੀ, ਬਹੁਤ ਵਧੀਆ। ਬਾਕੀ ਇਹਨਾਂ ਮਗਰ ਅਸੀਂ ਜ਼ੋਰ ਲਾਵਾਂਗੇ ਪੂਰਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਜਿਵੇਂ ਕਿ ਇਸ ਵਾਰ ਹੁਣ ਤੁਹਾਨੂੰ ਲੱਗਦਾ ਵੀ ਜਿਹੜਾ ਮੁਕਾਬਲਾ ਕਿਹੜੀ ਧਿਰ ਵਿੱਚ ਹੋਣ ਵਾਲਾ ਹੈ? ਦੇਖੋ ਜੀ, ਮੁਕਾਬਲਾ ਇਹਦਾ ਤਾਂ ਹਜੇ ਇਸ ਵੇਲੇ ਕੋਈ ਵੀ ਹੈ ਨਹੀਂ, ਕਿਉਂ ਆਪਾਂ ਨੂੰ ਦੀਦਾ ਹੀ ਆ ਬਈ ਟੀਨੂ ਭੱਜ ਕੇ ਆਇਆ ਉਹਨੂੰ। ਦੇਖੋ ਜਿਹੜਾ ਨਾ ਕੋਈ ਵੀ ਲੀਡਰ ਆ ਭੱਜ ਕੇ ਆਉਂਦਾ, ਉਹਦੇ ਮਗਰ ਕੋਈ ਮਗਰਲਾ ਨਹੀਂ ਆਉਂਦਾ, ਉਹਨੂੰ ਨਵਾਂ ਹੀ ਮੁਰੇ ਮਿਲਦਾ, ਕਿਉਂ ਅਗਲਾ ਪਾਰਟੀ ਨਹੀਂ ਛੱਡਦਾ। ਇਹ ਪਾਰਟੀ ਛੱਡਦੇ ਆ, ਬਾਕੀ ਪਬਲਿਕ ਪਾਰਟੀ ਨਹੀਂ ਛੱਡਦੀ, ਪਬਲਿਕ ਜਿੱਥੇ ਖੜੀ ਉੱਥੇ ਖੜੀ ਆ। ਸੁਸ਼ੀਲ ਰਿੰਕੂ ਦੇ ਬਾਰੇ ਕੀ ਕਹੋਗੇ, ਕਿਉਂਕਿ ਇੱਕ ਟਾਈਮ ਜਦੋਂ ਦੇਖੋ ਜੀ ਪਿੰਡਾਂ 'ਚ ਆ ਕੇ ਵੋਟਾਂ ਮੁੱਕੀਆਂ, ਦੇਖੋ ਜੀ ਬੀਜੇਪੀ ਵਾਲੇ ਪਾਸੇ ਚਲ ਗਿਆ, ਹੁਣ ਉਹਦੇ ਬਾਰੇ ਦੱਸੋ ਕੀ ਕਹੋ? ਮੈਂ ਕਿਹਾ ਜੀ ਉਹਦੀ ਗੱਲ ਪਹਿਲਾਂ ਸਾਡੇ ਕਾਂਗਰਸ 'ਚ ਵੜਿਆ ਰਿਹਾ, ਫਿਰ ਉਹ ਚਲ ਗਿਆ ਇਧਰ ਝਾੜੂ 'ਚ ਚਲ ਗਿਆ, ਹੁਣ ਉਹ ਚਲ ਗਿਆ ਬੀਜੇਪੀ 'ਚ, ਹਜੇ ਗਾਂਹ ਉਹਦਾ ਕੋਈ ਪਤਾ ਨਹੀਂ ਕਿੱਥੇ ਜਾਣਾ। ਜਿਹੜੇ ਇੱਦਾਂ ਦੇ ਬੰਦੇ ਉਹ ਤੁਹਾਨੂੰ ਆਪਣੇ ਚੰਨੀ ਸਾਹਿਬ ਸੁਣਾ ਹੀ ਗਏ ਵੀ ਪਹਿਲਾਂ ਜੱਟ ਇੱਦਾਂ, ਮਾਈ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ, ਅੱਜ ਕੱਲ੍ਹ ਮਾਈ ਪਤਾ ਨਹੀਂ ਕਿੱਥੇ, ਕੱਲ੍ਹ ਨੂੰ ਉਹਦੀ ਮਰਜ਼ੀ। ਸਹੀ ਆ ਕਿ ਗੱਲ ਆ ਜੀ? ਹਾਂ ਜੀ। ਹੋਰ ਚਲੋ ਬਾਬੇ, ਜੇ ਜਿਹੜਾ ਸੁਸ਼ੀਲ ਰਿੰਕੂ ਜੇ ਪੰਜਾਬ ਆਪਣੇ ਤੁਹਾਡੇ ਪਿੰਡਾਂ 'ਚ ਵਾਪਸ ਆਉਂਦਾ ਕਿਵੇਂ ਨਾ ਜੀ, ਨਾ ਉਹਦਾ ਸਤਿਕਾਰ ਕੀ, ਉਹਨੂੰ ਬੁਲਾਵਾਂਗੇ ਵੀ ਨਹੀਂ, ਬੀਬੀਆਂ ਨੂੰ ਫੜਾ ਕੇ ਝਾੜੂ ਤੋਂ ਉਹਦੇ ਮਗਰ ਲਾਵਾਂਗੇ ਜੀ ਅਸੀਂ। ਹਾਂ ਜੀ, ਸਿੱਧੀ ਗੱਲ ਆ, ਸਾਡੇ ਨਹੀਂ ਆਉਣਾ ਹੁਣ, ਕਿਉਂ ਸਾਡਾ ਜਿਹੜਾ ਪਿੰਡ ਹੈ ਨਾ ਉਹ ਚਾਹੁੰਦਾ ਚੰਨੀ ਨੂੰ ਆ ਜੀ, ਹਰ ਬੰਦਾ ਸਾਡੇ ਕੋਲ ਜਿਹੜਾ ਵੀ ਕਹਿੰਦਾ ਚੰਨੀ ਆ ਜਾਵੇ, ਚੰਨੀ ਆ ਜਾਵੇ, ਚੰਨੀ ਆ ਗਿਆ ਜੀ। ਬਾਕੀ ਚੰਨੀ ਦੀ ਜਿੱਤ ਪ੍ਰਾਪਤ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਅਸੀਂ ਵੀ ਜਿੰਨਾ ਵੱਧ ਤੋਂ ਵੱਧ ਜ਼ੋਰ ਹੋ ਸਕਿਆ ਲਾਇਆ, ਸਾਡੇ ਤਾਂ ਬਾਹਰੋਂ ਬੱਚੇ ਵੀ ਕਹਿੰਦੇ ਆ ਵੀ ਜੇ ਸਾਡੀ ਵੀ ਲੋੜ ਹੈ ਅਸੀਂ ਵੀ ਆ ਜਾਂਦੇ ਹਾਂ, ਪਰ ਆਪਾਂ ਚੰਨੀ ਦੇ ਮਗਰ ਪੂਰਾ ਜ਼ੋਰ ਲਾਉਣਾ, ਚੰਨੀ ਨੂੰ ਜਿਤਾਉਣਾ ਆ, ਬਾਕੀ ਜਿੰਨਾ ਹੋ ਸਕਿਆ ਮਗਰ ਵੀ ਅਸੀਂ ਕਰਾਂਗੇ, ਲਾਈਕ ਜੋ ਵੀ ਸਾਨੂੰ ਹੁਕਮ ਹੋਊਗਾ ਪਾਰਟੀ ਦਾ ਅਸੀਂ ਪਾਰਟੀ ਦੇ ਨਾਲ ਆ।